ਆ ਦੇਖ ਲਓ ਬਾਹਰ ਜਾ ਕੇ ਇੱਕ ਹੋਰ ਕੁੜੀ ਮੁੱਕਰ ਗਈ ਆ। ਮੁੰਡੇ ਦਾ ਪੰਜਾਬ ਦੇ ਵਿੱਚ ਮਰਨਾ ਹੋ ਗਿਆ ਏ। ਅੱਗੋਂ ਕੁੜੀ ਚੜਾ ਚੜਾ ਕੇ ਰੀਲਾ ਭੇਜ ਰਹੀ ਹੈ। ਬੈਂਕ ਮੁਲਾਜ਼ਮ ਦਾ ਮੁੰਡਾ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਰੀਕੇ ਦਾ ਰਹਿਣ ਵਾਲਾ ਇੱਕ ਪਰਿਵਾਰ ਜੋ ਕਿ ਆਪਣੀ ਹੱਡ ਬੀਤੀ ਦੱਸ ਰਿਹਾ ਏ। ਇਹਨਾਂ ਦੀ ਹੱਡ ਬੀਤੀ ਪੰਜਾਬ ਦੇ ਵਿੱਚ ਘੱਟੋ ਘੱਟ ਅੱਧੇ ਮੁੰਡਿਆਂ ਦੇ ਨਾਲ ਬੀਤੀ ਹੈ। ਜੀ ਹਾਂ, ਇਹ ਸੁਪਨੇ ਸਜਾਉਂਦੇ ਨੇ ਕਿ ਵਿਆਹ ਤੋਂ ਬਾਅਦ ਆਪਣੀ ਲਾਈਫ ਪਾਰਟਨਰ ਦੇ ਨਾਲ ਉਹ ਸਾਰੀ ਜ਼ਿੰਦਗੀ ਬਾਹਰ ਬਿਤਾਉਣਗੇ। ਤੇ ਇਸੇ ਨੂੰ ਲੈ ਕੇ ਆਈਲਟਸ ਪਾਸ ਕੀਤੀ ਕੁੜੀਆਂ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ। ਤੇ ਉਸ ਤੋਂ ਬਾਅਦ ਕੁੜੀ ਜਦ ਬਾਹਰ ਚਲ ਜਾਂਦੀ ਹੈ, ਬਾਹਰ ਜਾ ਕੇ ਕੁੜੀ ਮੁੱਕਰ ਜਾਂਦੀ ਹੈ। ਹਾਲਾਂਕਿ ਸਾਰੀਆਂ ਨਹੀਂ ਮੁੱਕਰਦੀਆਂ, ਪਰ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕੁੜੀ ਬਾਹਰ ਜਾ ਕੇ ਮੁੱਕਰ ਗਈ। ਤੇ ਬਾਹਰ ਭੇਜਣ ਵਾਲੇ ਵੀ ਉਸਦੇ ਸਹੁਰੇ ਹੁੰਦੇ ਨੇ, ਮੁੰਡੇ ਦੇ ਘਰ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਪੈਸੇ ਲਾਏ ਹੁੰਦੇ ਨੇ। ਤਾਂ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ 26 ਲੱਖ ਰੁਪਏ ਲਾ ਕੇ ਆਪਣੀ ਨੂੰਹ ਬਾਹਰ ਭੇਜੀ ਸੀ, ਪਰ ਬਾਹਰ ਜਾ ਕੇ ਜਿਹੜੀ ਕੁੜੀ ਆ ਉਹ ਮੁੱਕਰ ਗਈ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਨੇ ਆਪਣੇ ਪਤੀ ਉੱਥੇ ਪਾਗਲ ਕਲਾਰ ਕਰਕੇ ਆਰੋਪ ਲਗਾਉਂਦੇ ਹੋਏ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾ ਦਿੱਤਾ ਅਤੇ ਵਿਦੇਸ਼ ਚਲੀ ਗਈ। ਉੱਥੇ ਜਾ ਕੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ। ਤਾਂ ਮੁੰਡਾ ਜਿਸ ਦੇ ਨਾਲ ਇਹ ਸਭ ਕੁਝ ਬੀਤਿਆ ਏ, ਉਸਦਾ ਪਰਿਵਾਰ ਸਭ ਕੁਝ ਬਿਆਨ ਕਰ ਰਿਹਾ ਏ। ਜਾਣਦੇ ਹਾਂ ਮੁੰਡੇ ਦੇ ਨਾਲ ਕੀ ਕੁਝ ਵਾਪਰਿਆ ਤੇ ਕਿਉਂ ਉਸ ਕੁੜੀ ਨੇ ਇਸ ਮੁੰਡੇ ਨੂੰ ਧੋਖਾ ਦਿੱਤਾ। ਉਹ ਜਦੋਂ ਪੈਸੇ ਉਹਦੇ ਕੋਲ ਆ ਗਏ, 1.5 ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ। ਉਹ ਪੁਲਿਸ ਵਾਲੇ ਰਿਪੋਰਟਾਂ ਕਰਦੀ ਹੈ ਵੀ ਮੈਟਰੀ ਤੌਰ 'ਤੇ ਅਪਸੈਟ ਆ, ਜਾਂ ਪੁਲਿਸ ਵਾਲੇ ਨੰਬਰ ਉਹਦੇ ਕੋਲ ਕਿਵੇਂ ਗਿਆ, ਜਾਂ ਗਰਾਊਂਡ ਥਾਣੇ ਦਾ ਪੁਲਿਸ ਮੁਲਾਜ਼ਮ ਸੀਗਾ, ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਜੀ। ਕਦੋਂ ਵਿਆਹ ਗਿਆ? 18-18 ਨੂੰ ਮੇਰੀ ਮੈਰਿਜ ਸੀ ਅਤੇ 9-9 ਨੂੰ ਉਹਦੀ ਫਲੈਟ 'ਤੇ ਦਿੱਲੀ ਏਅਰਪੋਰਟ ਹੋਈ। ਅਤੇ ਉਸ ਤੋਂ ਬਾਅਦ ਕੀ ਹੋਇਆ, ਗੱਲਬਾਤ ਕੀ ਹੋਈ? ਗੱਲਬਾਤ ਕੁਛ ਨਹੀਂ, ਬਸ ਉਹਨੂੰ ਜਦੋਂ ਫੋਨ ਕਰੀਦਾ ਸੀ ਕੀ ਕਰਦੇ, ਇਹੀ ਕਹਿੰਦੀ ਸੀ ਮੈਂ ਚਾਹ ਪੀਂਦੀ ਹਾਂ। ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ। ਅਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੀ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਛ ਦਿਖਾ, ਉਹਨੇ ਕਦੇ ਕੁਛ ਨਹੀਂ ਦਿਖਾਇਆ ਜੀ। ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ? ਪੱਕੀ ਮੈਰਿਜ ਸੀਗੀ, ਇਹ ਸ਼ਰਤ ਇਹੀ ਸੀ ਵੀ ਬਸ ਬਾਹਰ ਚਲੇ ਜਾਵਾਂਗੇ, ਹੋਰ ਕੋਈ ਸ਼ਰਤ ਨਹੀਂ ਸੀ, ਜਾਣ ਕਿ ਪੱਕੀ ਮੈਰਿਜ ਸੀਗੀ, ਕੋਈ ਕੰਟੈਕਟ ਨਹੀਂ ਸੀਗਾ ਜੀ ਮੈਰਿਜ ਦਾ। ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋਈ ਜਦੋਂ ਲੜਕੀ ਨੇ ਧੋਖਾ ਦਿੱਤਾ ਤੁਹਾਡੇ ਨਾਲ? ਪੈਸੇ ਖਰਾਬ ਹੋ ਗਏ, ਮੈਨੂੰ ਕਹਿੰਦੀ 2.5 ਲੱਖ ਰੁਪਏ ਦਾ, ਮੈਂ 2.5 ਲੱਖ ਕਿੱਥੋਂ ਦਿੰਦਾ? ਵੀ ਕੰਮ ਉਹ ਬਾਹਰ ਕਰ ਗਿਆ, ਉਹਨੂੰ ਮੈਨੂੰ ਭੇਜਣਾ ਚਾਹੀਦਾ, ਉਹ ਮੇਰੇ ਤੋਂ 2.5 ਲੱਖ ਰੁਪਏ ਮੰਗਦੀ ਸੀ। ਕਿੰਨਾ ਪੈਸਾ ਲੱਗੇ ਤੁਹਾਡੇ ਵਿਆਹ? 25-26 ਲੱਖ ਰੁਪਏ ਲੱਗ ਗਏ ਟੋਟਲੀ ਬਾਹਰ ਭੇਜਣ ਤੱਕ ਜੀ। ਹੁਣ ਲੜਕੀ ਗ੍ਰਿਫਤਾਰ ਹੋ ਗਈ, ਕੀ ਮੰਗ ਕਰਦੇ ਹੋ ਤੁਸੀਂ? ਮੰਗ ਉਹਨੇ ਇਹੀ ਕਿਹਾ ਵੀ ਮੈਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ, ਵਾਪਸ ਕਰ ਦੂੰਗੀ, ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਜੀ, ਇਹ ਮਤਲਬ ਕਹਿੰਦੇ ਡਿਸੀਜ਼ਨ ਲਿਆ ਜੀ। ਆ ਦੇਖ ਲਓ ਬਾਹਰ ਜਾ ਕੇ ਇੱਕ ਹੋਰ ਕੁੜੀ ਮੁੱਕਰ ਗਈ ਹੈ। ਮੁੰਡੇ ਦਾ ਪੰਜਾਬ ਦੇ ਵਿੱਚ ਮਰਨਾ ਹੋ ਗਿਆ ਏ। ਅੱਗੋਂ ਕੁੜੀ ਚੜਾ ਚੜਾ ਕੇ ਰੀਲਾ ਭੇਜ ਰਹੀ ਹੈ। ਬੈਂਕ ਮੁਲਾਜ਼ਮ ਦਾ ਮੁੰਡਾ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਥਰੀਕੇ ਦਾ ਰਹਿਣ ਵਾਲਾ ਇੱਕ ਪਰਿਵਾਰ ਜੋ ਕਿ ਆਪਣੀ ਹੱਡ ਬੀਤੀ ਦੱਸ ਰਿਹਾ ਏ। ਇਹਨਾਂ ਦੀ ਹੱਡ ਬੀਤੀ ਪੰਜਾਬ ਦੇ ਵਿੱਚ ਘੱਟੋ ਘੱਟ ਅੱਧੇ ਮੁੰਡਿਆਂ ਦੇ ਨਾਲ ਬੀਤੀ ਹੈ। ਜੀ ਹਾਂ, ਇਹ ਸੁਪਨੇ ਸਜਾਉਂਦੇ ਨੇ ਕਿ ਵਿਆਹ ਤੋਂ ਬਾਅਦ ਆਪਣੀ ਲਾਈਫ ਪਾਰਟਨਰ ਦੇ ਨਾਲ ਉਹ ਸਾਰੀ ਜ਼ਿੰਦਗੀ ਬਾਹਰ ਬਿਤਾਉਣਗੇ। ਤੇ ਇਸੇ ਨੂੰ ਲੈ ਕੇ ਆਈਲਟਸ ਪਾਸ ਕੀਤੀ ਕੁੜੀਆਂ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ। ਤੇ ਉਸ ਤੋਂ ਬਾਅਦ ਕੁੜੀ ਜਦ ਬਾਹਰ ਚਲ ਜਾਂਦੀ ਹੈ, ਬਾਹਰ ਜਾ ਕੇ ਕੁੜੀ ਮੁੱਕਰ ਜਾਂਦੀ ਹੈ। ਹਾਲਾਂਕਿ ਸਾਰੀਆਂ ਨਹੀਂ ਮੁੱਕਰਦੀਆਂ, ਪਰ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕੁੜੀ ਬਾਹਰ ਜਾ ਕੇ ਮੁੱਕਰ ਗਈ। ਤੇ ਬਾਹਰ ਭੇਜਣ ਵਾਲੇ ਵੀ ਉਸਦੇ ਸਹੁਰੇ ਹੁੰਦੇ ਨੇ, ਮੁੰਡੇ ਦੇ ਘਰ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਪੈਸੇ ਲਾਏ ਹੁੰਦੇ ਨੇ। ਤਾਂ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਨੇ 26 ਲੱਖ ਰੁਪਏ ਲਾ ਕੇ ਆਪਣੀ ਨੂੰਹ ਬਾਹਰ ਭੇਜੀ ਸੀ, ਪਰ ਬਾਹਰ ਜਾ ਕੇ ਜਿਹੜੀ ਕੁੜੀ ਆ ਉਹ ਮੁੱਕਰ ਗਈ। ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸਨੇ ਆਪਣੇ ਪਤੀ ਉੱਥੇ ਪਾਗਲ ਕਲਾਰ ਕਰਕੇ ਆਰੋਪ ਲਗਾਉਂਦੇ ਹੋਏ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾ ਦਿੱਤਾ ਅਤੇ ਵਿਦੇਸ਼ ਚਲੀ ਗਈ।
ਉੱਥੇ ਜਾ ਕੇ ਪਰਿਵਾਰ ਦੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਤਾਂ ਮੁੰਡਾ ਜਿਸ ਦੇ ਨਾਲ ਇਹ ਸਭ ਕੁਝ ਬੀਤਿਆ ਹੈ ਉਸਦਾ ਪਰਿਵਾਰ ਸਭ ਕੁਝ ਬਿਆਨ ਕਰ ਰਿਹਾ ਹੈ। ਜਾਣਦੇ ਹਾਂ ਮੁੰਡੇ ਦੇ ਨਾਲ ਕੀ ਕੁਝ ਵਾਪਰਿਆ ਤੇ ਕਿਉਂ ਉਸ ਕੁੜੀ ਨੇ ਇਸ ਮੁੰਡੇ ਨੂੰ ਧੋਖਾ ਦਿੱਤਾ। ਉਹ ਜਦੋਂ ਪੈਸੇ ਉਹਦੇ ਕੋਲ ਆ ਗਏ ਡੇਢ ਸਾਲ ਬਾਅਦ ਉਹਨੇ ਕਾਲ ਕਰਨੀ ਬੰਦ ਕਰਤੀ। ਉਹ ਪੁਲਿਸ ਵਾਲੇ ਰਿਪੋਰਟਾਂ ਕਰਦੀ ਹੈ ਵੀ ਮੈਟਰਿਕ ਤੌਰ 'ਤੇ ਅਪਸੈਟ ਆ ਜਾਂ ਪੁਲਿਸ ਵਾਲੇ ਨੰਬਰ ਉਹਦੇ ਕੋਲ ਕਿਵੇਂ ਗਿਆ ਜਾਂ ਗਰਾਊਂਡ ਥਾਣੇ ਦਾ ਪੁਲਿਸ ਮੁਲਾਜ਼ਮ ਸੀਗਾ, ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਜੀ। ਕਦੋਂ ਵਿਆਹ ਗਿਆ? 18-18 ਨੂੰ ਮੇਰੀ ਮੈਰਿਜ ਸੀ ਅਤੇ 9-9 ਨੂੰ ਉਹਦੀ ਫਲੈਟ 'ਤੇ ਦਿੱਲੀ ਏਅਰਪੋਰਟ ਤੋਂ ਜੀ। ਅਤੇ ਉਸ ਤੋਂ ਬਾਅਦ ਕੀ ਹੋਇਆ, ਗੱਲਬਾਤ ਕੀ ਹੋਈ? ਗੱਲਬਾਤ ਕੁਛ ਨਹੀਂ, ਬਸ ਉਹਨੂੰ ਜਦੋਂ ਫੋਨ ਕਰੀਦਾ ਸੀ ਕੀ ਕਰਦੇ, ਇਹੀ ਕਹਿੰਦੀ ਸੀ ਮੈਂ ਚਾਹ ਪੀਂਦੀ ਹਾਂ। ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ। ਅਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੀ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਛ ਦਿਖਾ, ਉਹਨੇ ਕਦੇ ਕੁਛ ਨਹੀਂ ਦਿਖਾਇਆ ਜੀ। ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀਗਾ? ਪੱਕੀ ਮੈਰਿਜ ਸੀਗੀ, ਇਹ ਸ਼ਰਤ ਇਹੀ ਸੀ ਵੀ ਬਸ ਬਾਹਰ ਚਲੇ ਜਾਵਾਂਗੇ, ਹੋਰ ਕੋਈ ਸ਼ਰਤ ਨਹੀਂ ਸੀ, ਜਾਣ ਕਿ ਪੱਕੀ ਮੈਰਿਜ ਸੀਗੀ, ਕੋਈ ਕੰਟੈਕਟ ਨਹੀਂ ਸੀਗਾ ਜੀ ਮੈਰਿਜ ਦਾ। ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋਈ ਜਦੋਂ ਲੜਕੀ ਨੇ ਧੋਖਾ ਦਿੱਤਾ ਤੁਹਾਡੇ ਨਾਲ? ਪੈਸੇ ਖਰਾਬ ਹੋ ਗਏ, ਮੈਨੂੰ ਕਹਿੰਦੀ 2.5 ਲੱਖ ਰੁਪਏ ਦਾ, ਮੈਂ 2.5 ਲੱਖ ਕਿੱਥੋਂ ਦਿੰਦਾ? ਵੀ ਕੰਮ ਉਹ ਬਾਹਰ ਕਰ ਗਿਆ, ਉਹਨੂੰ ਮੈਨੂੰ ਭੇਜਣਾ ਚਾਹੀਦਾ, ਉਹ ਮੇਰੇ ਤੋਂ 2.5 ਲੱਖ ਰੁਪਏ ਮੰਗਦੀ ਸੀ। ਕਿੰਨਾ ਪੈਸਾ ਲੱਗੇ ਤੁਹਾਡੇ ਵਿਆਹ? 25-26 ਲੱਖ ਰੁਪਏ ਲੱਗ ਗਏ ਟੋਟਲੀ ਬਾਹਰ ਭੇਜਣ ਤੱਕ ਜੀ। ਹੁਣ ਲੜਕੀ ਗ੍ਰਿਫਤਾਰ ਹੋ ਗਈ, ਕੀ ਮੰਗ ਕਰਦੇ ਤੁਸੀਂ? ਮੰਗ ਉਹਨੇ ਇਹੀ ਕਿਹਾ ਵੀ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ, ਵਾਪਸ ਕਰ ਦੂੰਗੀ, ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਜੀ, ਇਹ ਮਤਲਬ ਕਹਿੰਦੇ ਡਿਸੀਜ਼ਨ ਲਿਆ ਜੀ।